ਮੇਰੇ ਕੋਲ ਬਹੁਤ ਘੱਟ ਸ਼ਬਦ ਨੇ ਕਿਉਂਕਿ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ, ਮੇਰੇ ਤੋਂ ਸੰਸਾਰ ਦੀ ਜਗ੍ਹਾ ਤੇ ਹੋ, ਮੇਰੇ ਨਾਲੋਂ ਤੁਹਾਨੂੰ ਗਿਆਨ ਵੀ ਜ਼ਿਆਦਾ, ਜ਼ਿੰਦਗੀ ਦਾ ਸੰਘਰਸ਼ ਵੀ ਜ਼ਿਆਦਾ ਹੈ। ਜੇ ਮੈਂ ਅੱਜ ਬੋਲਾਂ ਤਾਂ ਮੈਨੂੰ ਐਂ ਲੱਗਦਾ ਵੀ ਮੇਰੇ ਸ਼ਬਦ ਬਹੁਤ ਛੋਟੇ ਨੇ। ਹਾਂ, ਇੰਨਾ ਜ਼ਰੂਰ ਹੈ ਵੀ ਮੈਂ ਇੱਕ ਕਿਸਾਨ ਦੀ ਧੀ ਹਾਂ, ਭੈਣ ਭਰਾ ਚਾਚੇ ਤਾਏ ਮੈਂ ਤੁਹਾਡੀ ਵੀ ਧੀ ਹਾਂ, ਤੁਹਾਡੀ ਭੈਣ ਹਾਂ, ਤੁਹਾਡੀ ਬੱਚੀ ਹਾਂ, ਮੈਂ ਪੰਜਾਬ ਦੀ ਬੱਚੀ। ਪਿਛਲੀ ਵਾਰ ਵੀ ਜਿੰਨੀ ਵੀ ਥੋੜ੍ਹੀ ਬਹੁਤ ਮੇਰੇ ਤੋਂ ਹਾਜ਼ਰੀ ਲੱਗੀ ਮੈਂ ਲਾਈ। ਮੈਂ ਇਹ ਗੱਲ ਕਹਿ ਰਹੀ ਹਾਂ ਵੀ ਜਿੱਥੇ ਮੇਰੇ ਤੋਂ ਨਹੀਂ ਆਇਆ ਜਾਂਦਾ, ਆਪਣੀ ਬਾਣੀ 'ਚ ਵੀ ਲਿਖਿਆ ਕਿ ਗੁੰਥੀ ਨਾ ਗਾਏ ਜਨ ਕੀ ਅਰਦਾਸ, ਕਹਿੰਦੇ ਅਰਦਾਸ ਦੀ ਸਭ ਤੋਂ ਵੱਡੀ ਚੀਜ਼ ਹੁੰਦੀ। ਜਿੱਥੇ ਕਿਤੇ ਮੇਰੇ ਤੋਂ ਨਹੀਂ ਗਾਇਆ ਜਾਂਦਾ ਤੇ ਮੈਂ ਇੱਕ ਗੱਲ ਬਾਬੇ ਨਾਨਕ ਦੇ ਮੂਹਰੇ ਕਹਿ ਰਹੀ ਹੁੰਦੀ ਹਾਂ ਵੀ ਪਰਮਾਤਮਾ ਅਰਦਾਸ ਵੀ ਤਾਂ ਤੂੰ ਹੀ ਬਣਾਈ ਹੈ ਨਾ, ਤੇ ਮੇਰੀ ਅਰਦਾਸ ਇਹ ਹੈ ਜਦੋਂ ਸ਼ੁਭ ਕਰਨ ਦੀ ਡੈਥ ਬਾਰੇ ਸੁਣਿਆ, ਸਾਡੇ ਬਠਿੰਡੇ ਦਾ ਹੀ ਬੱਚਾ ਸਾਡੇ ਘਰ ਤੋਂ ਥੋੜ੍ਹੀ ਦੂਰ ਹੈ, ਉਦੋਂ ਸੋਚੋ ਵੀ ਮੈਂ ਇੱਕ ਮਾਂ ਹੈ, ਸਭ ਤੋਂ ਪਹਿਲਾਂ ਮੈਂ ਇੱਕ ਮਾਂ ਹੈ, ਇਹ ਦਰਦ ਮਾਂ ਬਾਪ ਸਭ ਤੋਂ ਵੱਡਾ ਮਹਿਸੂਸ ਕਰ ਸਕਦੇ। ਫਿਰ ਭੈਣਾਂ ਦੀ ਸਿਰ ਦਾ ਸਾਇਆ ਹੈ, ਛੋਟੀਆਂ ਛੋਟੀਆਂ ਭੈਣਾਂ, ਇੱਕ ਕਮਜ਼ੋਰ ਦੇ ਬਾਪ ਦਾ ਥੰਮ ਸੀ ਉਹ, ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਉਦੋਂ ਦਿਲ ਡਰ ਜਾਂਦਾ, ਡਰਦਾ ਡਰ ਵੀ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਛ ਕਰ ਰਹੇ ਹਾਂ, ਸਾਡੇ ਬੱਚੇ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਛ ਕਰ ਰਹੇ ਨੇ, ਫਿਰ ਸਾਡੇ ਨਾਲ ਇਹ ਸਾਰਾ ਕੁਛ ਕਿਉਂ ਹੋ ਰਿਹਾ? ਇਕੱਲੀ ਇਹ ਚੀਜ਼ ਨਹੀਂ ਹੋ ਰਹੀ, ਤੁਸੀਂ ਪਿੰਡਾਂ ਦੇ ਪਿੰਡ ਜਾ ਕੇ ਵੇਖ ਲਓ, ਬਸਤੀਆਂ 'ਚ ਦੁਕਾਨਾਂ 'ਤੇ ਜਾ ਕੇ ਵੇਖ ਲਓ, ਕੋਈ ਗਰੀਬ, ਕੋਈ ਪਿੰਡ, ਕੋਈ ਮਹੱਲਾ ਚਿੱਟੇ ਵਜੋਂ ਵਸੇ ਨਹੀਂ। ਕਹਿੰਦੇ ਬਾਕੀ ਚੀਜ਼ਾਂ ਤਾਂ ਬੈਨ ਹੈ, ਚਿੱਟਾ ਜਿਹੜਾ ਉਹ ਆਮ ਦੇਖਦਾ, ਉਹ ਬੱਚੇ ਨੌਜਵਾਨ ਮਾਂ 9 ਮਹੀਨੇ ਪਹਿਲਾਂ ਢਿੱਡ 'ਚ ਰੱਖਦੀ, ਫਿਰ ਸੁਪਨੇ ਸਜਾਉਂਦੀ ਹੈ ਵੀ ਜਦੋਂ ਮੇਰਾ ਬੱਚਾ ਹੋਇਆ ਮੈਂ ਉਹਨੂੰ ਪੜ੍ਹਾਉਂਗੀ, ਮੈਂ ਉਹਨੂੰ ਲਿਖਾਉਂਗੀ। ਬਾਪ ਸੁਪਨੇ ਦੇਖਦਾ ਵੀ ਜਦੋਂ ਮੇਰੇ ਮੋਢੇ ਬਰਾਬਰ ਦਾ ਹੋ ਗਿਆ ਤਾਂ ਮੇਰਾ ਉਹ ਸਾਥੀ ਬਣੂਗਾ, ਮੇਰੇ ਦੁੱਖ ਸੁੱਖ ਦਾ ਮੈਨੂੰ ਸਾਂਭੂਗਾ। ਕਹਿੰਦੇ ਜਦੋਂ ਇੱਕ ਬੱਚੇ ਦੀ, ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਨਾ, ਉਦੋਂ ਇੱਕ ਦੀ ਨਹੀਂ ਹੁੰਦੀ, ਉਦੋਂ ਪਤਾ ਨਹੀਂ ਨਾਲ ਕਿੰਨੇ ਜਣਿਆਂ ਦੀ ਮੌਤ ਹੁੰਦੀ, ਕਿੰਨੇ ਕਰੋੜਾਂ ਸੁਪਨਿਆਂ ਦੀ ਮੌਤ ਹੁੰਦੀ। ਕਿਉਂਕਿ ਮੈਂ ਇਸ ਦਰਦ ਚੋਂ ਲੰਘ ਰਹੀ ਹਾਂ, ਮੇਰਾ ਬੇਟਾ 27-28 ਸਾਲ ਦਾ, ਉਹਨੂੰ 27-28 ਦਿਨ ਹੋ ਗਏ, ਉਹ ਫਿਰ ਮਤਲਬ ਕਾਫੀ ਤੇ ਲੈ, ਉਹਦੇ ਦੋਨੇ ਕਿਡਨੀਆਂ ਖਰਾਬ ਨੇ, ਤੇ ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤੇ ਮੇਰਾ ਉਦੋਂ ਅੰਦਰ ਤੱਕ ਰੂਹ ਕੰਬ ਜਾਂਦੀ ਹੈ ਵੀ ਸੱਚੇ ਪਾਤਸ਼ਾਹ ਕਿਸੇ ਮਾਂ ਨੂੰ ਇਹ ਦਰਦ ਨਾ ਦਿਖਾਉਣ। ਕਹਿੰਦੇ ਮਾਂ ਬੱਚਿਆਂ ਨੂੰ ਸੁੱਤਾ ਨਹੀਂ ਦੇਖ ਸਕਦੀ, ਜੇ ਘੰਟਾ ਬੱਚਾ ਵੱਧ ਸੌ ਜਾਏ ਨਾ ਤੇ ਮਾਂ ਉਹਦੇ ਕੋਲ ਦੱਸ ਕੇ ਨਹੀਂ ਸਕਦੀ ਆ ਵੀ ਕਿਉਂ ਸੁੱਤਾ ਪਿਆ, ਘਰ ਸੁਣਨਾ। ਤੇ ਜਦੋਂ ਕਹਿੰਦੇ ਉਹ ਬੱਚੇ ਦੁਨੀਆਂ ਛੱਡ ਜਾਂਦੇ ਨੇ ਉਦੋਂ ਆਪਣੇ ਕੋਲ ਕੁੱਝ ਨਹੀਂ ਬਚਦਾ, ਕੁਛ ਨਹੀਂ ਬਚਦਾ, ਤੇ ਫਿਰ ਜਦੋਂ ਮਾਂ ਬਾਪ ਕੋਲ ਕੁਛ ਨਹੀਂ ਬਚਦਾ ਫਿਰ ਉਹਨਾਂ ਕਮਜ਼ੋਰਾਂ ਤੇ ਜਦੋਂ ਇਹ ਸਰਕਾਰਾਂ ਵਾਰ ਕਰਦੀਆਂ ਨੇ, ਇੱਕ ਗੱਲ ਯਾਦ ਰੱਖਿਓ ਵੀ ਅੱਜ ਨਹੀਂ ਤਾਂ ਕੱਲ੍ਹ ਬਾਬੇ ਨਾਨਕ ਦੀ ਤੱਕੜੀ ਨੇ ਬਰਾਬਰ ਤੋੜਨਾ ਹੀ ਤੋੜਨਾ, ਮੇਰੀ ਗੱਲ ਯਾਦ ਰੱਖਿਓ। ਮੈਨੂੰ ਆਪਦੇ ਗੁਰੂ ਸਾਹਿਬ ਤੇ ਇੰਨਾ ਵਿਸ਼ਵਾਸ ਹੈ, ਭਾਵੇਂ ਮੈਂ ਇੱਕ ਸਿੰਗਰ ਹਾਂ, ਮੈਨੂੰ ਲੋਕ ਗਾਉਣ ਵਾਲੇ ਕਹਿੰਦੇ ਨੇ ਵੀ ਅਰੇ ਗਾਉਣ ਵਾਲੇ ਨੇ, ਪਰ ਜਦੋਂ ਚੰਗੇ ਸੰਸਕਾਰ ਹੋਣ, ਚੰਗੀ ਮੱਤ ਹੋਵੇ, ਹੁਣ ਭਾਂਦਾ ਮੇਰਾ ਪਤੀ ਜਾਈ ਲੱਗਿਆ ਜੀ, ਸ਼ੁਭ ਤੋਂ ਬਾਅਦ ਸਾਰੇ ਬੱਚੇ ਮੈਨੂੰ ਸਿੱਧੂ ਤੋਂ ਬਾਅਦ ਭੂਆ ਜੀ ਕਹਿਣ ਲੱਗ ਗਏ ਕਿ ਤੁਸੀਂ ਸਾਰੇ ਬੱਚੇ ਮੇਰੇ ਪਤੀ ਜੀ ਹੋ,
ਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਿਸੇ ਭਰਾ ਦੇ ਨਿਉ ਜੜ ਬਣੀ ਜਾ, ਕਿਸੇ ਵੀ ਭਰਾ ਦੀ, ਕਿਸੇ ਭਰਜਾਈ ਦੀ ਭੁੱਖ ਹੈ ਜਿਹੜੀ ਸੁਣੀ ਹੋਵੇ, ਕਿਸੇ ਮਾਂ ਦੀ ਭੁੱਖ ਸੁਣੀ ਹੋਵੇ। ਜਦੋਂ ਆਪਾਂ ਸ਼ਾਂਤਮਈ ਤਰੀਕੇ ਨਾਲ ਇਸ ਧਰਨੇ ਨੂੰ ਕਰ ਰਹੇ, ਸਾਡੇ ਬਜ਼ੁਰਗ ਬੈਠੇ ਆ, ਸੂਝਵਾਨ ਬੈਠੇ ਨੇ, ਤੇ ਮੈਂ ਇਹੋ ਸਰਕਾਰ ਨੂੰ ਬੇਨਤੀ ਕਰੂੰਗੀ ਵੀ ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਦਿੱਤਾ ਜਾਵੇ, ਨਹੀਂ ਤਾਂ ਫਿਰ ਸੂਰਮੇ ਮੈਦਾਨਾਂ ਤੋਂ ਭਾਈ ਦੇ ਨਹੀਂ, ਮੀਂਹ ਆਵੇ ਹਨੇਰੀ ਆਵੇ ਤੇ ਆਪਾਂ ਤਾਂ ਇੱਕ ਚੀਜ਼ ਦਵਾਵਾਂਗੇ। ਤੇ ਸਾਡੇ ਦਸਵੇਂ ਪਾਤਸ਼ਾਹ ਨੇ ਤਾਂ ਕਿਹਾ ਸੀ ਕਿ ਚਾਰ ਹੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਤੇ ਮੈਂ ਇੱਕ ਗੱਲ ਕਹਿਣੀ ਆ, ਜਿਹੜੇ ਘਰ ਬਾਹਰ ਛੱਡ ਕੇ ਇੱਥੇ ਬੈਠੇ ਨੇ, ਤੇ ਮੇਰਾ ਵਿਸ਼ਵਾਸ ਹੈ ਕਿ ਜਿੱਤ ਹੋਊਗੀ, ਜਿੱਤ ਹੋਊਗੀ, ਜਿੱਤ ਹੋਊਗੀ, ਜਿੱਤ ਹੋਊਗੀ। ਕਹਿੰਦੇ ਜਿਵੇਂ ਆਪਣਾ ਆਰਾ ਬਣਾ ਲਿਆ ਨੇ ਨਾ, ਪਹੁੰਚੇ ਵਾਲਾ, ਬਸ ਆਪਾਂ ਇੱਕੋ ਹੀ ਗੱਲ ਰੱਖਣੀ ਹੈ ਕਿ ਮਹਾਰਾਜ ਦੀ ਕਿਰਪਾ, ਜਿੱਤ ਹੋਊਗੀ, ਜਿੱਤ ਹੋਊਗੀ, ਜਿੱਤ ਹੋਊਗੀ। ਕਿਸੇ ਬੱਚੇ ਤੇ ਤੱਤੀ ਵਾਂ ਮਹਾਰਾਜ ਨਹੀਂ ਲੱਗਣ ਲੱਗਾ, ਕਿਉਂਕਿ ਕਿੰਨੀਆਂ ਮਾਵਾਂ ਬੈਠੀਆਂ ਨੇ ਜਿਹੜੀਆਂ ਦਿਨ ਰਾਤ ਅਰਦਾਸ ਕਰਦੀਆਂ, ਕਈਆਂ ਦੇ ਸੁਹਾਗ ਨੇ, ਕਈਆਂ ਦੀ ਕੁੱਖ ਹੈ, ਕਈਆਂ ਦੇ ਵੀਰੇ ਨੇ, ਕਈਆਂ ਦੇ ਸਹਾਰੇ ਨੇ, ਸਾਰੇ ਇੱਥੇ ਬੈਠੇ ਨੇ। ਮੈਂ ਇੱਕ ਤੁੱਛ ਜੀ ਤੁਹਾਡੀ ਬੇਟੀ ਹਾਂ, ਮੈਨੂੰ ਬਾਹਲਾ ਨਹੀਂ ਪਤਾ, ਪਰ ਮੈਂ ਇਹ ਕਹਿੰਦੀ ਹਾਂ ਵੀ ਆਪਣੀ ਜਿੱਤ ਹੋਊਗੀ। ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਭਤੀਜ ਦੇ ਵੀ ਜਿਹਨਾਂ ਨੇ ਮੈਨੂੰ ਬਹੁਤ ਪਿਆਰ ਸਤਿਕਾਰ ਦਿੱਤਾ। ਜਿਹੜਾ ਇਹ ਮਾਰਚ ਹੈ ਜਿੰਨਾ ਇੱਥੋਂ ਤੱਕ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ, ਤੇ ਸ਼ੁਭ ਦਿਨ ਸਿੱਧੂ ਮੂਸੇਵਾਲਾ ਨੂੰ ਸੰਭਾਲ, ਤੇ ਪਰਮਾਤਮਾ ਕਰੇ ਕਿ ਕਿਸੇ ਵੀ ਮਾਂ ਦੀ ਭੁੱਖ ਨਾ ਖਾਲੀ ਹੋਵੇ। ਮੇਰੇ ਬੱਚੇ ਲਈ ਵੀ ਤੁਸੀਂ ਅਰਦਾਸ ਕਰਿਓ ਕਿ ਉਹ ਤੁਹਾਡੇ ਵਾਂਗੂ ਆਵੇ, ਜੁੱਧ ਲੜੇ ਆਪਣੇ ਪੰਜਾਬ ਦੇ ਹੱਕਾਂ ਲਈ, ਸਾਡਾ ਪੰਜਾਬ ਹਰਿਆ ਭਰਿਆ ਰਹੇ, ਸਾਡਾ ਪੰਜਾਬ ਹਰਿਆ ਭਰਿਆ ਰਹੇ, ਤੰਦਰੁਸਤ ਰਹਿਣ, ਮਾਵਾਂ ਹੱਸਦੀਆਂ ਰਹਿਣ, ਸਾਡੇ ਬਾਪੂ ਖੁਸ਼ੀਆਂ ਨਾਲ ਖੇਤਾਂ ਚ ਲਹਿਰਾਉਂਦੇ ਹੋਣ, ਉਸ ਕਲਗੇ ਵਾਲੇ ਦੀ ਮਿਹਰ ਰਵੇ। ਜੇ ਕੋਈ ਗਲਤੀ ਹੋਈ ਹੋਵੇ ਤਾਂ ਮਾਫ਼ ਕਰੇ। ਸ਼ੁਕਰੀਆ।